ਹੁਸ਼ਿਆਰਪੁਰ ਦੇ ਮਕੇਰੀਆ ਨੇੜੇ ਪੁਲਿਸ ਬੱਸ ਹਾਦਸੇ ਦੇ ਵਿੱਚ ਮਾਰੇ ਗਏ ਪੁਲਿਸ ਮੁਲਾਜ਼ਮ ਡਰਾਈਵਰ ਗੁਰਪ੍ਰੀਤ ਸਿੰਘ ਗੋਪੀ ਜੋ ਕਿ ਪੁਲਿਸ ਲਾਈਨ ਗੁਰਦਾਸਪੁਰ ਵਿਖੇ ਤੈਨਾਤ ਸੀ ਅਤੇ ਗੁਰਦਾਸਪੁਰ ਦੇ ਪਿੰਡ ਅਮੀਪੁਰ ਦਾ ਰਹਿਣ ਵਾਲਾ ਸੀ। ਗੁਰਪ੍ਰੀਤ ਸਿੰਘ ਦਾ ਉਸਦੇ ਜੱਦੀ ਪਿੰਡ ਰੀਤੀ ਰਿਵਾਜ਼ਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ। ਮ੍ਰਿਤਕ ਕਾਂਸਟੇਬਲ ਗੁਰਪ੍ਰੀਤ ਸਿੰਘ ਦੀ ਪਤਨੀ ਕਮਲਜੀਤ ਕੌਰ ਨੇ ਦੱਸਿਆ ਕਿ ਅੱਜ ਉਸਦੇ ਬੇਟੇ ਦਾ ਜਨਮ ਦਿਨ ਵੀ ਸੀ ਅਤੇ ਗੁਰਪ੍ਰੀਤ ਸਿੰਘ ਨੇ ਡਿਊਟੀ ਲਈ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਸੀ ਕਿ ਉਹ ਜਲਦੀ ਘਰ ਆ ਕੇ ਆਪਣੇ ਬੇਟੇ ਦਾ ਜਨਮ ਦਿਨ ਮਨਾਉਣਗੇ, ਪਰ ਉਸਦੀ ਮੌਤ ਦੀ ਖਬਰ ਆ ਗਈ। ਗੁਰਦਾਸਪੁਰ ਤੋਂ ਲਵਪ੍ਰੀਤ ਖੁਸ਼ੀਪੁਰ ਦੀ ਰਿਪੋਰਟ। ਕਮਲਜੀਤ ਕੌਰ ਗੁਰਪ੍ਰੀਤ ਦਾ ਕੀ ਲੱਗਦਾ ਸੀ ਤੇ ਕੀ ਗੱਲ ਹੋਈ? ਹਾਏ, ਉਹ ਮੇਰੇ ਪਤੀ ਗੁਰਪ੍ਰੀਤ ਸਿੰਘ ਹਾਏ ਪੁਲਿਸ ਮਹਿਕਮੇ ਦੇ ਵਿੱਚ ਹੀ 24-24 ਘੰਟੇ ਡਿਊਟੀਆਂ ਲੈਂਦੇ ਉਹਨਾਂ ਦੇ ਕੋਲੋਂ। ਹਾਏ, ਰੈਸਟ ਨੂੰ ਮੌਕਾ ਨਹੀਂ ਦਿੰਦੇ, ਕਿਤੇ ਘੰਟਾ ਇੱਕ ਵੀ ਨਹੀਂ ਦਿੰਦੇ, ਕਿਤੇ ਆਪਣੇ ਬੱਚਿਆਂ ਨਾਲ ਟਾਈਮ ਨਹੀਂ ਕੱਢਣ ਨੂੰ ਦਿੰਦੇ ਹੋ। ਹਾਏ, ਰਾਤੀ ਫਟਾਫਟ ਆਏ ਸਵੇਰ ਦੀ ਡਿਊਟੀ ਕਰਕੇ, ਕਹਿੰਦੇ ਕਮਲ ਮੈਂ ਯੂਨੀਫਾਰਮ ਚੇਂਜ ਕਰਨੀ ਹੈ, ਮੈਨੂੰ ਡਿਊਟੀ ਪੈ ਗਈ ਹੈ। ਹਾਏ, ਜਲੰਧਰ ਚੱਲ ਗਏ ਫੋਰਸ ਲੈਣ। ਹਾਏ, ਮੁੜ ਕੇ ਨਹੀਂ ਫੋਨ ਆਇਆ ਉਹਨਾਂ ਦਾ। ਸਵੇਰੇ ਮਹਿਕਮੇ ਵਾਲੇ ਆਏ, ਕਹਿੰਦੇ ਉਹਨਾਂ ਦੀ ਗੱਡੀ ਵੱਜ ਗਈ ਆ। ਹਾਏ ਹਾਏ, ਕੀ ਕਰੀਏ? ਕੀ ਕਹਿ ਕੇ ਗਏ ਸੀ ਘਰ ਵਾਪਸ ਆਉਣਾ? ਹਾਏ, ਕੁਛ ਨਹੀਂ ਕਿਹਾ ਉਹਨਾਂ ਨੇ। ਉਹ ਕਹਿੰਦੇ ਡੈਡੀ ਨੂੰ ਫੋਨ ਕਰ ਦਿਓ ਕਿ ਮੁੰਡੇ ਦਾ ਜਨਮ ਦਿਨ ਕਰਨਾ ਅੱਜ। ਅੱਜ ਮੇਰੇ ਮੁੰਡੇ ਦਾ ਸਾਲ ਸੈਲੀਬ੍ਰੇਸ਼ਨ ਸੀ, ਅੱਜ ਬਰਥਡੇ ਸੈਲੀਬ੍ਰੇਟ ਕਰਨਾ ਹੀ। ਬਾਹਰ ਭੇਜਿਆ ਜਲੰਧਰ ਪੁਲਿਸ ਲਾਈਨ ਤੋਂ ਬਾਹਰ। ਜਲੰਧਰ ਲੈਣ ਗਈ, ਫੋਰਸ ਲੈਣ ਗਈ ਕਿ ਇੱਥੇ ਕੋਈ ਸੱਚ ਹੋਣੀ ਕੁਛ। ਹਾਏ ਹਾਏ, ਮੈਨੂੰ ਕਹਿੰਦੇ ਕਮਲ ਪਤਾ ਨਹੀਂ ਇਹਨਾਂ ਨੇ ਸਵੇਰੇ ਕਿਹੜਾ ਸੱਪ ਕੱਢਣਾ ਜਿਹੜੀ ਅੱਧੀ ਰਾਤ ਨੂੰ ਸਾਨੂੰ ਭੇਜਣ ਡੇ ਆ। ਹਾਏ, ਮੈਂ ਕਹਿਣ ਡੀ ਮੈਂ ਰੋਟੀ ਖਾ ਜਾਓ ਥੋੜ੍ਹੀ ਜੀ, ਕਹਿੰਦੇ ਨਹੀਂ ਖਾਣੀ, ਕਹਿੰਦੇ ਕਮਲ ਰਸਤੇ 'ਚੋਂ ਖਾ ਲਵਾਂਗੇ। ਮੈਂ ਕਿਹਾ ਤੁਹਾਨੂੰ ਕਿਸੇ ਨੇ ਨਹੀਂ ਪੁੱਛਣੀ, ਇਹ ਮਹਿਕਮਾ ਬੜਾ ਕੁੱਤਾ, ਤੁਹਾਨੂੰ ਕਿਸੇ ਚੀਜ਼ ਨਹੀਂ, ਤੁਹਾਨੂੰ ਉੱਤੇ ਪੂਰੀ ਕਰਨੀ ਉਹਨਾਂ ਨੇ ਲੋੜ। ਹਾਏ, ਘਰੋਂ ਟਿਫਨ ਲੈ ਜਾਓ। ਹਾਏ, ਮੇਰਾ ਬੰਦਾ ਮੈਨੂੰ ਦੇ ਦਿਓ ਸਰਕਾਰ ਕੋ, ਮੈਂ ਕੀ ਲੈਣਾ ਆ। ਹਾਏ ਹਾਏ ਰੱਬਾ, ਹਾਏ ਰੱਬਾ। ਪ੍ਰਿੰਸੀਪਲ ਵਿਕਰਮ ਸਿੰਘ ਮੇਰੀ ਪਨੇਵੀ ਹੈ ਇਹ। ਔਰ ਕੀ ਹੋਇਆ ਸੀ ਕਿ ਇਹਦਾ ਫਾਦਰ ਵੀ ਜਿਹੜਾ ਸੀਗਾ ਕਿ ਉਹ ਵੀ ਟੈਰਰਿਜ਼ਮ ਦਾ ਵਿਕਟਮ ਸੀਗਾ ਅਤੇ ਟੈਰਰਿਸਟਾਂ ਨੇ ਉਹਨੂੰ ਜਿਹੜਾ ਸੀਗਾ ਉਹ ਮਾਰਤਾ ਸੀਗਾ। ਔਰ ਗੁਰਪ੍ਰੀਤ ਬਹੁਤ ਛੋਟੀ ਏਜ ਦਾ ਸੀ, ਛੋਟੀ ਉਮਰ ਦਾ ਰਹਿ ਗਿਆ ਸੀਗਾ ਜਦੋਂ ਫਿਰ ਲਈ ਤਾਂ ਉਹਨੇ ਆਪਣੇ ਸੰਘਰਸ਼ ਨਾਲ ਹੀ ਇਹ ਸਾਰੀ ਜੋਬ, ਲੇਕਿਨ ਪ੍ਰਾਇਓਰਿਟੀ ਜਿਹੜੀ ਹੈ ਸਰਕਾਰ ਨੇ ਜ਼ਰੂਰ ਦਿੱਤੀ ਸੀਗੀ। ਸੋ ਅੱਜ ਇਹ ਹਾਲਾਤ ਹੈ, ਪੜ੍ਹੀ ਲਿਖੀ ਬੱਚੀ ਹੈ, MSc ਹੈਗੀ ਹੈ ਮੇਰੀ ਭਣੇਵੀਂ ਜਿਹੜੀ ਹੈ ਇਹ। ਔਰ ਬਸ ਇੱਕ ਮਤਲਬ ਤੁਸੀਂ ਕਹਿ ਲਓ ਕਿ ਪ੍ਰੈਸ਼ਰ ਆਫ ਡਿਊਟੀ ਨੇ ਹੀ ਜਿਹੜਾ ਹੈ ਉਹ ਸਾਰਾ ਕੁਛ ਹਾਲਾਤ ਬਣੇ ਆ। ਜਿਵੇਂ ਅੱਜ ਅਸੀਂ TV 'ਤੇ ਨਿਊਜ਼ ਸੁਣੀ ਹੈ, ਬਿਕੋਜ਼ ਮਾਈ ਡਾਟਰ ਇਜ਼ ਪ੍ਰਪੇਅਰਿੰਗ ਫੋਰ ਸਿਵਲ ਸਰਵਿਸਿਜ਼, ਤਾਂ ਉਹਨੇ ਮੈਨੂੰ ਮੋਰਨਿੰਗ ਸਵੇਰੇ ਨਿਊਜ਼ ਪੜ੍ਹੀ ਅਤੇ ਕਹਿੰਦੇ ਕਿ ਮਤਲਬ ਇਸ ਤਰ੍ਹਾਂ ਗੱਲ ਹੋਈ ਆ। ਸਰ ਜਿਹੜੇ ਸੀਗੇ ਉੱਥੇ ਉਹਨਾਂ ਨੇ ਦੱਸਿਆ ਸਾਰਾ ਕੁਛ ਜਿਸ ਤਰ੍ਹਾਂ। ਗੋਪੀ ਦੇ ਕਿੰਨੇ ਬੱਚੇ ਸੀ? ਇੱਕ ਬੇਟਾ ਇੱਕ ਬੇਟੀ ਹੈ।
ਨੌਕਰੀ ਕਰਦੇ ਨੇ ਗੋਪੀ ਨੂੰ ਮੇਰੇ ਖਿਆਲ ਕਿੰਨਾ ਚਿਰ 11-12 ਸਾਲ ਹੋ ਗਏ ਵੱਡਾ ਦੁਕਾਨ ਤਾਂ ਬੜਾ ਕੋਈ ਲਫਜ਼ ਨਹੀਂ ਇਹੋ ਜਿਹੇ ਦੁਕਾਨ ਨੂੰ ਕਿਵੇਂ ਐਕਸਪ੍ਰੈਸ ਕਰੀਏ ਕਿਵੇਂ ਆਪਣੀਆਂ ਭਾਵਨਾਵਾਂ ਦੱਸੀਏ ਅੱਜ ਗੁਰਪ੍ਰੀਤ ਦੇ ਛੋਟਾ ਜਿਹਾ ਬੇਟਾ ਉਹਦਾ ਅੱਜ ਜਨਮਦਿਨ ਸੀਗਾ ਅੱਜ ਜਨਮਦਿਨ ਵਾਲੇ ਦਿਨ ਬੱਚੇ ਮਾਂ ਬਾਪ ਖੁਸ਼ੀਆਂ ਮਨਾਉਂਦੇ ਨੇ ਅੱਜ ਉਸ ਬੱਚੇ ਨੇ ਆਪਣੇ ਬਾਪ ਨੂੰ ਅਗਨੀ ਪੇਂਟ ਕੀਤੀ ਇਸ ਤੋਂ ਵੱਧ ਕੀ ਦੁਕਾਨ ਤੋਂ ਸਾਡਾ ਇਸ ਪਰਿਵਾਰ ਦੇ ਨਾਲ ਬੜਾ ਪੁਰਾਣਾ ਸੰਬੰਧ ਸਰਦਾਰ ਵਸਨ ਸਿੰਘ ਹੋਣਾ ਦਾ ਇਹ ਦੋਤਾ ਅਤੇ ਕੱਲ੍ਹ ਇਹਦੀ ਡਿਊਟੀ ਸੀਗੀ ਕੱਲ੍ਹ ਵੀ ਮੈਨੂੰ ਮਿਲ ਕੇ ਗਿਆ ਦੁਪਹਿਰੇ ਅਸੀਂ ਸਾਰਿਆਂ ਨੇ ਰੋਟੀ ਵੀ ਇਕੱਠੀ ਖਾਧੀ ਅਤੇ ਮੈਨੂੰ ਨਹੀਂ ਸੀ ਪਤਾ ਵੀ ਅਗਲੇ ਦਿਨ ਇਹੋ ਜਿਹੀ ਦੁੱਖਦਾਈ ਖਬਰ ਆਊਗੀ ਉਸ ਪਰਿਵਾਰ ਨੂੰ ਸਾਰੀ ਉਮਰ ਲਈ ਇੱਕ ਬਹੁਤ ਵੱਡਾ ਦੁਖਾਂਤ ਉਹਨਾਂ ਦੇ ਅੱਗੇ ਆ ਗਿਆ ਮੇਰੀ ਇਹੋ ਹੀ ਬੇਨਤੀ ਆ ਸਮਾਜ ਨੂੰ ਵੀ ਸਰਕਾਰ ਨੂੰ ਵੀ ਵੀ ਅਸੀਂ ਗੁਰਪ੍ਰੀਤ ਨੂੰ ਤਾਂ ਨਹੀਂ ਵਾਪਸ ਲਿਆ ਸਕਣਾ ਉਹਦੀ ਭਰਮਾਈ ਵੀ ਨਹੀਂ ਹੋ ਸਕਦੀ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਸਮਾਜ ਨੂੰ ਔਰ ਸਰਕਾਰ ਨੂੰ ਚਾਹੀਦਾ ਵੀ ਪਰਿਵਾਰ ਨੂੰ ਕਾਇਮ ਰੱਖੋ ਉਹਦੇ ਦੁੱਖ ਨੂੰ ਥੋੜ੍ਹਾ ਬਹੁਤਾ ਘਟਾਇਆ ਜਾ ਸਕਦਾ ਹੋਰ ਕੋਈ ਗੱਲ ਹੋਣੀ ਨਹੀਂ ਪਰਮੇਸ਼ਵਰ ਕਿਰਪਾ ਕਰੇ ਪਰਿਵਾਰ ਦੇ ਬਹੁਤ ਇੱਕ ਦੁੱਖ ਦੀ ਘੜੀ ਔਰ ਸਾਰੇ ਇਲਾਕੇ ਦੇ ਵਿੱਚ ਇਸ ਗੱਲ ਦਾ ਅੱਜ ਗਮਗੀਨ ਮਾਹੌਲ ਆ ਬੜਾ ਹਰਮਨ ਪਿਆਰਾ ਸੀ ਹਰ ਇੱਕ ਨੂੰ ਮਾਨ ਸਤਿਕਾਰ ਦਿੰਦਾ ਸੀਗਾ ਪਤਾ ਨਹੀਂ ਸੀ ਵੀ ਪਰਮੇਸ਼ਵਰ ਨੂੰ ਕੀ ਮਨਜ਼ੂਰ ਆ ਇਨਸਾਨ ਕਮਜ਼ੋਰ ਆ ਉਹਦੇ ਅੱਗੇ ਵੱਸ ਕੋਈ ਨਹੀਂ ਚੱਲਦਾ ਮੈਂ ਉਹੀ ਕਹਾਂਗਾ ਵੀ ਪਰਮੇਸ਼ਵਰ ਕਿਰਪਾ ਕਰੀ ਪਰਿਵਾਰ ਦੇ ਉੱਤੇ ਆਸ਼ੀਰਵਾਦ ਭਰਿਆ ਹੱਥ ਰੱਖ ਕੇ ਉਹਨੂੰ ਸੰਭਾਲੀ ਫੈਸਿਲਿਟੀ ਦੇਖੋ ਜੀ ਫੈਸਿਲਿਟੀ ਤਾਂ ਸਰਕਾਰ ਦਊਗੀ ਹਰ ਹਾਲਤ 'ਚ ਦਊਗੀ ਪਰ ਉਹ ਫੈਸਿਲਿਟੀਜ਼ ਜਿਹੜੀਆਂ ਨੇ ਉਹ ਬੰਦੇ ਦੀ ਭਰਮਾਈ ਨਹੀਂ ਕਰ ਸਕਦੀਆਂ ਪਰ ਇੱਕ ਥੋੜ੍ਹਾ ਬਹੁਤ ਉਸ ਦੁੱਖ ਦੇ ਵਿੱਚ ਕਿਤੇ ਮਾੜੀ ਮੋਟੀ ਕਮੀ ਜ਼ਰੂਰ ਹੋ ਜਾਏਗੀ ਪਰ ਫੈਸਿਲਿਟੀ ਤਾਂ ਮਿਲਣਗੀਆਂ ਸਰਕਾਰ ਵਚਨਬੱਧ ਆ ਉਹਦੀ ਡੈਥ ਡਿਊਟੀ 'ਤੇ ਹੋਈ ਆ ਉਹ ਆਪਣੀ ਡਿਊਟੀ ਨਿਭਾ ਰਿਹਾ ਸੀਗਾ ਫੋਰਸ ਨੂੰ ਲੈ ਕੇ ਆ ਰਿਹਾ ਸੀਗਾ ਰਾਤ ਦਾ ਟਾਈਮ ਸੀ ਸਵੇਰੇ ਵੀ ਉਹਨੇ ਡਿਊਟੀ ਕੀਤੀ ਆ ਰਾਤੀ ਵੀ ਕੀਤੀ ਆ ਉਹ ਡਿਊਟੀ 'ਤੇ ਸੀ ਉਹ ਡਿਊਟੀ ਦਾ ਜੋ ਬੰਦਾ ਔਰ ਸਾਡੇ CM ਸਾਹਿਬ ਇਸ ਗੱਲੋਂ ਬੜੇ ਸੰਵੇਦਨਸ਼ੀਲ ਨੇ ਪੰਜਾਬ ਪੁਲਿਸ ਦੇ ਜਿਹੜੇ ਇਹੋ ਜਿਹੀਆਂ ਟ੍ਰੈਜਡੀਜ਼ ਹੁੰਦੀਆਂ ਨੇ ਉਹਦੇ ਵਿੱਚ ਉਹ ਪੂਰਾ ਪਰਿਵਾਰ ਦਾ ਧਿਆਨ ਰੱਖਦੇ ਨੇ ਉਹ ਰੱਖਾਂਗੇ ਸਰ ਗੁਰਦਾਸਪੁਰ ਦੋ ਬੱਚੇ ਇੱਕ ਲੜਕੀ ਹੈ ਜੀ ਉਹ ਜਿੱਥੇ ਜੇਲ੍ਹ ਦੇ ਪਿਛਲੇ ਪਾਸੇ ਉਹਦੀ ਰਿਹਾਇਸ਼ ਆ ਉਹ ਲੜਕੀ ਵੀ ਦੁਕਾਨ ਤੋਂ ਉਹਦੀ ਵੀ ਡੈਥ ਹੋਈ ਆ ਉਸ ਤੋਂ ਇਲਾਵਾ 13-14 ਐਸੇ ਨੇ ਜਿਹੜੇ ਫੋਰਸ ਦੇ ਫੱਟਣ ਹੋਏ ਨੇ ਸੋ ਬਹੁਤ ਵੱਡੀ ਟ੍ਰੈਜਡੀ ਹੈ ਜੀ ਬਹੁਤ ਵੱਡੀ ਟ੍ਰੈਜਡੀ ਆ ਅਕਾਲ ਪੁਰਖ ਕਿਰਪਾ ਕਰੇ ਪਰਮੇਸ਼ਵਰ ਇਹਨਾਂ ਦੀ ਫੋਰਸ ਦੀ ਨੌਕਰੀ ਤਾਂ 24x7 ਵਾਲੀ ਨੌਕਰੀ ਆ ਲਗਾਤਾਰ ਡਿਊਟੀ ਦਿੰਦੇ ਨੇ ਪਰਮੇਸ਼ਵਰ ਅੰਗ ਸੰਗ ਰਵੇ ਇਹ ਅਸੀਂ ਅੱਜ ਇੱਕ ਸਾਡਾ ਖਾਸ ਓਪਰੇਸ਼ਨ ਸੀਗਾ ਉਹਦੇ ਰਿਗਾਰਡਿੰਗ ਇਹ ਆਪਾਂ 100 ਬੰਦਾ ਸਾਡਾ PAP ਤੋਂ ਆ ਰਿਹਾ ਸੀਗਾ ਜਿਹੜਾ ਕਿ ਰਾਹ ਦੇ ਵਿੱਚ ਮਕੇਰੀਆ ਲੱਗੇ ਇੱਕ ਮੰਦਭਾਗਾ ਇੰਸੀਡੈਂਟ ਹੋਇਆ ਜਿਹਦੇ 'ਚ ਸਾਡੇ ਇੱਕ ਡਰਾਈਵਰ ਗੁਰਪ੍ਰੀਤ ਸਿੰਘ ਅਤੇ ਇੱਕ ਸ਼ਾਲੂ ਜਿਹੜੇ ਕਿ PAP ਦੇ ਰਹਿਣ ਪੋਸਟਡ ਹੈ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੀ ਇੱਕ ਤੀਸਰੇ ਹੋਰ ਵੀ ਹੈਗੇ ਜਿਹੜੇ ਮੋਗਾ ਦੇ ਸੀਗੇ ਹਰਦੇਵ ਸਿੰਘ SI ਉਹਨਾਂ ਦੀ ਵੀ ਡੈਥ ਹੋ ਗਈ ਬਾਕੀ ਇੰਜਰਡ ਜਿਹੜੇ ਨੇ ਉਹ ਸੇਫ ਨੇ ਉਹਨਾਂ ਨੂੰ ਮਤਲਬ ਪੂਰੀ ਟ੍ਰੀਟਮੈਂਟ ਦਿੱਤੀ ਜਾ ਰਹੀ ਹੈ ਪਰ ਇੱਕ ਆ ਜਿਹੜਾ ਇੱਕ ਇੰਸੀਡੈਂਟ ਹੋਇਆ ਕਿ ਗੁਰਦਾਸਪੁਰ ਦਾ ਇੱਕ ਬੜਾ ਹੀ ਯੰਗ ਮੁੰਡਾ ਇੱਕ ਅਸੀਂ ਖੋ ਦਿੱਤਾ ਸੰਸਕਾਰ ਹੋ ਰਿਹਾ ਜੀ ਹਾਂਜੀ ਗੁਰਪ੍ਰੀਤ ਦਾ ਤਾਂ ਹੁਣੇ ਹੋ ਕੇ ਹਟਿਆ ਅਤੇ ਜਿਹੜੀ ਮੈਡਮ ਆ ਉਹਨਾਂ ਦਾ ਜੇਲ੍ਹ ਰੋਡ 'ਤੇ ਲਾਗੇ ਸ਼ਮਸ਼ਾਨ ਘਾਟ ਵਿੱਚ ਸੰਸਕਾਰ ਹੋਣਾ
ਸਰਕਾਰ ਵੱਲੋਂ ਤੇ ਡਿਪਾਰਟਮੈਂਟ ਵੱਲੋਂ ਸਾਡੇ ਵੱਲੋਂ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਮਿਲਦੀਆਂ ਨੇ ਉਹ ਪ੍ਰਾਇਓਰਟੀ ਦੇ ਉੱਤੇ ਸਾਨੂੰ ਪਹਿਲਾਂ ਹੀ ਦਿਸ਼ਾ ਨਿਰਦੇਸ਼ ਦੇ ਦਿੱਤੇ ਗਏ ਨੇ ਅਤੇ ਹੁਣ ਉਹਨਾਂ ਨੂੰ ਜੋ ਵੀ ਇਹਨਾਂ ਦੀ ਬਣਦੀ ਆ ਉਹ ਪਹਿਲ ਦੇ ਆਧਾਰ 'ਤੇ ਦਿੱਤਾ ਜਾਏਗਾ ਜੀ। ਜਿਹੜਾ ਗੁਰਪ੍ਰੀਤ ਦੇ ਪਰਿਵਾਰ 'ਚ ਕੌਣ ਕੌਣ ਹੈਗਾ ਸੀ? ਇਹਨਾਂ ਦੇ ਇੱਕ ਬੇਟੀ ਹੈ, ਇੱਕ ਬੇਟਾ ਬਿਲਕੁਲ ਛੋਟਾ ਹੈ, ਅਤੇ ਇਹਨਾਂ ਦੀ ਵਾਈਫ ਹੈ ਅਤੇ ਮਦਰ ਨੇ ਅਤੇ ਇੱਥੇ ਅਮੀਪੁਰ ਇੱਥੇ ਪਿੰਡ ਦੇ ਵਿੱਚ ਹੀ ਰਹਿੰਦੇ ਸੀਗੇ। ਦੂਜੇ ਪਰਿਵਾਰ 'ਚ ਉਹਨਾਂ ਦਾ ਮੈਨੂੰ ਐਕਚੁਅਲੀ ਆਈਡੀਆ ਨਹੀਂ ਹੈਗਾ, ਪਰ ਸਾਰੇ ਇੱਥੇ ਮੌਜੂਦ ਹੀ ਸੀਗੇ ਅਤੇ ਬਹੁਤ ਹੀ ਦੁੱਖ ਭਰਿਆ ਇੰਸੀਡੈਂਟ ਹੈਗਾ ਜੀ।